ਦੇਖੋ 1 ਮਿਲੀਅਨ ਦੇ ਜਿਹੜੇ ਪਰਫਿਊਮ ਆ ਸੜਕ ਤੇ, ਦੇਖੋ ਜਿਹੜਾ ਮਰਜ਼ੀ ਟੈਸਟਰ ਲੱਗੇ, ਦੇਖੋ ਮਿਲਾਨ ਦੇ ਸੈਂਟਰ ਦੇ ਵਿੱਚ ਜੀ ਪੰਗਾ ਪੈ ਗਿਆ। ਕਹਿੰਦਾ ਵੀ ਜੇ 10 ਬੰਦੇ 10-10 ਯੂਰੋ ਦੇਣਗੇ ਫਿਰ ਆਪਾਂ ਟੱਪਾਂਗੇ ਕਿੰਨੇ ਬੰਦਿਆਂ ਨੂੰ, ਦੇਖੋ 4 ਜਾਣਿਆਂ ਨੂੰ ਟੱਪ ਵੀ ਸਕਦਾ ਆ। ਤਿਆਰ ਹੋਣ ਡਿਆ ਸਵਾਗਤ ਆ ਜੀ ਤੁਹਾਡੇ ਯੂਟਿਊਬ ਚੈਨਲ ਦੇ ਵਿੱਚ ਸਾਰਿਆਂ ਦਾ। ਜਿੱਦਾਂ ਤੁਸੀਂ ਪਿੱਛੇ ਦੇਖ ਸਕਦੇ ਹੋ ਮੈਂ ਮਿਲਾਨ ਆਇਆ ਹੋਇਆ ਹਾਂ ਅਤੇ ਮੈਂ ਨਾ ਇਹਦੇ ਆਪਣੇ ਚੇਲ ਦੇ ਵਿੱਚ ਓਫੀਸ਼ੀਅਲ ਇਟਲੀ ਵਾਲੇ ਦੇ ਵਿੱਚ ਮਿਲਾਨ ਦੀਆਂ 4-5 ਵੀਡੀਓ ਪਾ ਚੁੱਕਾ ਹਾਂ ਅਤੇ ਅਸੀਂ 2 ਦਿਨ ਇਸੇ ਸ਼ਹਿਰ ਦੇ ਵਿੱਚ ਹਾਂ। ਆਪਾਂ ਅਪਾਰਟਮੈਂਟ ਲਿਆ ਆ ਉਹਦੀਆਂ ਵੀ ਵੀਡੀਓ ਪਾਵਾਂਗੇ, ਠੀਕ ਆ ਨਾ। ਕੋਈ ਇੱਦਾਂ ਉਹ ਨਹੀਂ ਨੋਰਮਲ ਆਪਾਂ ਵੀਡੀਓ ਨਹੀਂ ਦਿਖਾਉਣਾ ਵੀ ਆਹ ਮਿਲਾਨ ਆ, ਦੇਖੋ ਇੱਦਾਂ ਕੁਛ ਨਹੀਂ। ਆਪਾਂ ਤੁਹਾਨੂੰ ਲਗਜ਼ਰੀ ਜੋ ਵੀ ਇੱਥੇ ਦੀ ਲਾਈਫ ਸਟਾਈਲ ਹੈਗਾ ਆ, ਅੱਜ ਇੱਥੇ ਬਿਊਟੀ ਵੀਕ ਆਫ ਚੱਲਦਾ ਪਿਆ ਜਿੱਦਾਂ ਤੁਹਾਨੂੰ ਪਤਾ ਹੀ ਹੈ ਪੈਰਿਸ ਦੇ ਵਿੱਚ ਇੱਥੇ ਫੈਸ਼ਨ ਸ਼ੋਅ ਚੱਲਦਾ ਪਿਆ ਆ, ਉਹਦੇ ਕਰਕੇ ਮਿਲਾਨ ਦੇ ਵਿੱਚ ਵੀ ਫੈਸ਼ਨ ਵੀਕ ਚੱਲਦਾ ਪਿਆ ਆ, ਉਹਦੇ ਕਰਕੇ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਕਿੰਨਾ ਰਸ਼ ਆ। ਅਤੇ ਚਲੋ ਬਣੇ ਰਹੀ ਹੋ ਵੀਡੀਓ 'ਚ, ਚਲੋ ਮਿਲਦੇ ਹਾਂ ਤੁਹਾਨੂੰ ਅੱਗੇ ਦਿਖਾਉਂਦੇ ਹਾਂ ਸਾਰਾ ਕੁਛ, ਠੀਕ ਆ ਜੀ। ਅਤੇ ਆਜੋ ਜੀ ਦੇਖੋ ਪੇਂਟਿੰਗ ਬਣਦੀ ਵੀ ਲਾਈਵ ਤੁਹਾਡੇ ਸਾਹਮਣੇ, ਚੈੱਕ ਕਰੋ ਪੇਂਟਿੰਗ ਉਹਨਾਂ ਦੀ। 15-15 ਯੂਰੋ ਦੀ ਇੱਕ ਆ ਸੇਲ 'ਤੇ ਲੱਗ ਗਈ ਵੀ। ਜਲੰਧਰ 15 ਰੁਪਏ ਚੱਕ ਕੇ ਲੈ ਜਾਓ ਸਾਰੇ ਡਰਾਮਾ। ਅੱਛਾ ਮਿਲਾਨ ਦੀਆਂ ਵੀਡੀਓ ਫੋਟੋ ਆ ਆਪਦੀ, ਅਤੇ ਬਾਕੀ ਤੁਹਾਨੂੰ ਦਿਖਾਈ ਆ ਜਾਓ, ਫੋਲੋ ਕਰ ਲਓ ਸਾਰੇ ਆਪਣੇ ਨੂੰ। ਇੱਧਰ ਹੋ ਰਹੀ ਸ਼ੂਟਿੰਗ ਵੈਡਿੰਗ ਦੀ, ਬੱਲੇ ਤੇਰੇ ਔਰ ਲਾ ਵੈਡਿੰਗ ਦੀ ਆ, ਬਾਕੀ ਪਤਾ ਨਹੀਂ ਕੋਈ ਉਹ ਨਾ ਹੋਵੇ ਬ੍ਰੈਂਡ ਬਰੂਨ ਦੀ ਨਾ ਹੋਵੇ, ਬਾਕੀ ਚੈੱਕ ਕਰ। ਪਿੱਛੇ ਟਰਾਮ ਜਾਣ ਡੀ ਆ, ਅਤੇ ਆਹ ਦੇਖੋ ਆਹ ਮੰਡੀ ਲੱਗੀ ਇੱਥੇ ਓਪਨ, ਤੁਸੀਂ ਕੁਛ ਵੀ ਖਰੀਦ ਸਕਦੇ ਹਾਂ। 1 ਯੂਰੋ ਦਾ 1 ਲਉਂਗੇ 4 ਯੂਰੋ ਦੇ, 3 ਲਉਂਗੇ 10 ਯੂਰੋ ਦੇ, ਕੋਈ ਵੀ ਜਿੱਦਾਂ ਚੀਜ਼ ਮਿਲਾਨ ਦੀ ਇਹ ਲੈ ਕੇ ਜਾਣੀ ਚਾਹੀਦੀ। ਬਣਦਾ ਵੀ ਆਪਾਂ ਵੀ ਲਵਾਂਗੇ ਇੱਕ, ਦੇਖਦੇ ਹਾਂ ਮੇਰੀ ਵਾਈਫ ਨੂੰ ਪੁੱਛ ਕੇ ਕਿਹੜਾ ਪਸੰਦ ਕਰਦੀ ਹੈ। ਅਤੇ ਬਾਕੀ ਆਹ ਹੈਗੀਆਂ ਨਕਲੀਆਂ ਹੀ ਆ, ਆ ਬੀਬੀ ਪਤਾ ਨਹੀਂ ਹੈ ਥੱਲੇ ਬਹਿ ਬਹਿ ਕੇ ਕਿਵੇਂ ਤਾਂ ਖਿੱਚਣ ਡੀ ਆ, ਸਿੱਧੀ ਖੜੀ ਹੋ ਕੇ ਖਿੱਚ ਲਾ। 15-20 ਮਿੰਟ ਬਾਅਦ ਆਪਾਂ ਸਿਲੈਕਟ ਕਰਕੇ ਆਹ ਲਿਆ ਲਿਆ ਆ, ਪਰ ਹੋਰ ਵੀ ਬਹੁਤ ਲੱਗੇ ਆ, ਤੁਸੀਂ ਵੀ ਸਿਲੈਕਟ ਕਰ ਸਕਦੇ ਹਾਂ, ਪਰ ਆਪਾਂ ਜਿੱਦਾਂ ਆਹ ਵਾਲਾ ਲਿਆ ਆ ਹੁਣ ਬੀਬੀ ਨੂੰ ਦੇਵਾਂਗੇ। 4 ਵੀਰੋ ਚੋਰੀ ਨਹੀਂ ਕਰ ਸਕਦੇ ਵੀਰੋ, ਕੈਮਰੇ ਲੱਗੇ ਆ, ਠੀਕ ਆ ਨਾ। ਅਤੇ ਆਹ ਦੇਖੋ ਹੁਣ ਬੀਬੀ ਨੂੰ ਆਪਾਂ ਦਿੰਦੇ ਹਾਂ 4 ਵੀਰੋ ਹਲੋ ਓ ਪਾਤਰੋ ਬੇਨ ਦੱਸ ਦੱਸ ਸਾਨੂੰ ਟਰਾਮ ਆਉਣ ਡਈ ਆ, ਸੋਹਣੀ ਲੱਗਦੀ ਆ, ਮੂੰਹ ਦੇਖੋ ਕਿੱਦਾਂ ਜਿੱਦਾਂ ਸ਼ਾਰਕ ਦਾ ਹੁੰਦਾ ਹੈ। ਸਾਹਮਣੇ ਗੱਡੀਆਂ ਵੀ ਖੜ ਜਾਂਦੀਆਂ ਆ, ਖੜ ਗਈ। ਜੇ ਸ਼ਨੀਵਾਰ ਆ ਤਾਂ ਸ਼ਨੀਵਾਰ ਦੇਖ ਕੇ ਸ਼ਨੀਵਾਰ ਕਰਕੇ ਇੱਥੇ ਆ ਦੇਖੋ ਲਾਈਨ ਲੱਗੀ ਆ,
ਇਹਦੇ ਵਿੱਚ ਕੁਛ ਜਿੱਦਾਂ ਮਿਲਾਨੋ ਬਿਊਟੀ ਵੀਕ ਦੇ ਕਰਕੇ ਕੋਈ ਜਿੱਦਾਂ ਸਪੋਂਸਰਸ਼ਿਪ ਚੱਲ ਰਹੀ ਆ, ਉਹ ਗੇਮਾਂ ਗੂਮਾਂ ਖਿਲਾਉਂਦੇ ਆ ਅੰਦਰ, ਅਤੇ ਤੁਹਾਨੂੰ ਮਤਲਬ ਕਿ ਚੀਜ਼ ਜਿੱਤਣ ਨੂੰ 10% 20% 30% ਮਤਲਬ ਕਿ ਡਿਸਕਾਊਂਟ ਮਿਲਦਾ ਆ, ਅਤੇ ਜਿਹੜੇ ਖੇਡਦੇ ਹੈਗੇ ਆ ਮੈਂ ਤੁਹਾਨੂੰ ਮਾੜਾ ਜਿਹਾ ਝਲਕ ਦਿਖਾ ਦਿੰਦਾ ਹਾਂ। ਅਤੇ ਉਹ ਦੇਖੋ ਅੰਦਰ ਉਹ ਚੱਕਰਾ ਜਿਹਾ ਲਾਇਆ ਨਾ ਉਹਨਾਂ ਨੇ, ਆਹ ਦੇਖੋ ਉਹ ਇੱਦਾਂ ਘੁੰਮਾਉਂਦੇ ਆ, ਅਤੇ ਜਿੰਨਾ ਡਿਸਕਾਊਂਟ ਆਇਆ ਉਨਾ ਦੇਣਾ ਆ। MBV ਮਤਲਬ ਮਿਲਾਨੋ ਬਿਊਟੀ ਵੀਕ, ਇਹ ਤੁਸੀਂ ਦੇਖ ਸਕਦੇ ਆ ਲਾਈਨਾਂ ਅੱਜ ਬਹੁਤ ਲੱਗੀਆਂ ਆ, ਬਹੁਤ ਲੋਕ ਘੁੰਮਣ ਆਏ ਆ ਅਤੇ ਜੁਆਇਨ ਕਰਦੇ ਪਏ, ਆਪਾਂ ਨਹੀਂ ਜੁਆਇਨ ਕਰਨਾ, ਠੀਕ ਆ ਨਾ। ਆਹ ਦੇਖੋ ਮੂਰਤੀਆਂ ਲੱਗੀਆਂ ਆ, ਕਿੰਨੀ ਸੋਹਣੀ ਆ, ਲੋਕ ਸਾਰੇ ਫੋਟੋ ਖਿੱਚ ਰਹੇ ਪਏ। ਇੱਧਰ ਬਾਬਾ ਜੀ ਆਪਣੇ ਬਾਜਾ ਵਜਾਉਣ ਡੇ ਆ ਕੈਸੀਓ। ਆਹ ਦੇਖੋ ਕੋਈ ਕੋਈ ਜਿੱਦਾਂ ਮਿਲਾਨ ਦਾ ਜਿਹੜਾ ਆਪਣਾ ਕੋਈ ਜਿੱਦਾਂ ਫੈਸ਼ਨ ਵੀਕ ਹੋਣ ਡਿਆ ਇੱਥੇ ਵੀ, ਅਤੇ ਤੁਸੀਂ ਦੇਖ ਸਕਦੇ ਆ ਬੰਦੇ ਖੜ੍ਹੇ ਆ ਇੱਥੇ, ਆਹ ਵੀ ਖੜ੍ਹੇ ਆ, ਇੱਥੇ ਵੀ ਲਾਈਨ ਲੱਗੀ ਆ ਅੰਦਰ ਜਾਣ ਨੂੰ। ਮਤਲਬ ਜਿੰਨਾ ਕੁ ਮੈਨੂੰ ਪਤਾ ਲੱਗਾ ਕਹਿੰਦੇ ਅੰਦਰ ਜਾਣ ਵਾਸਤੇ ਮਤਲਬ ਕਿ ਤੁਸੀਂ ਪਾਰਟੀਸਪੇਟ ਕਰਨਾ ਆ, ਵੀ ਜੇ ਤੁਸੀਂ ਮਤਲਬ ਕਿ ਕੋਈ ਐਕਟਰ ਜਾਂ ਮਾਡਲ ਹੈਗੇ ਆ ਤਾਂ ਅੰਦਰ ਜਾ ਸਕਦੇ ਆ, ਸਪੋਂਸਰਸ਼ਿਪ ਹੈਗੀ ਆ ਵੀ ਅੰਦਰ ਜਾ ਕੇ ਪਰਫੋਰਮ ਕਰ ਸਕਦੇ ਆ। ਬਾਕੀ ਤੁਹਾਡੇ ਸਾਹਮਣੇ ਮਿਲਾਨ ਸੈਂਟਰ ਵੀ ਦੇਖ ਸਕਦੇ ਆ, ਅੱਜ ਰਸ਼ ਕਿੰਨਾ ਆ ਇੱਥੇ। KFC ਦਾ ਇੱਥੇ ਵੈੱਜ ਹੈਗਾ ਆ, ਤਾਂ ਆਪਾਂ ਵੈਜੀਟੇਰੀਅਨ ਬਣ ਗਏ ਹਾਂ। ਮੇਰੀ ਵਾਈਫ ਹੈਗੀ ਉਹ ਵੈਜੀਟੇਰੀਅਨ ਆ, ਸੋ ਸਾਨੂੰ ਵੈਜੀਟੇਰੀਅਨ ਚਾਹੀਦਾ ਸੀਗਾ। ਅਤੇ KFC ਦਾ ਨਾ ਆਪਣੇ ਇੱਥੇ ਮਿਲਾਨ ਦੇ ਵਿੱਚ ਰੈਸਟੋਰੈਂਟ ਓਪਨ ਹੋਇਆ, ਕਹਿੰਦੇ ਥੋੜ੍ਹਾ ਟਾਈਮ ਹੀ ਹੋਇਆ, ਇੱਥੇ ਵੈਜੀਟੇਰੀਅਨ ਦਾ ਹੈਗਾ, ਮੈਕਡੋਨਲਡ 'ਚ ਨਹੀਂ ਸੀਗਾ, ਇਸ ਕਰਕੇ ਆਪਾਂ 2 ਵੈਜੀਟੇਰੀਅਨ ਬਰਗਰ ਅਤੇ 1 ਮੀਨੂ ਕਰਾਇਆ ਨਾਲ ਵਿੱਚ ਹੀ ਸਾਰਾ ਕੁਛ ਨਾ। ਅਤੇ ਦੇਖਦੇ ਹਾਂ ਹੁਣ ਕਿੱਦਾਂ ਆਇਆ ਟੇਸਟ, ਮਾੜੀ ਹੋ ਗਈ 83 ਤੋਂ ਬਾਅਦ ਸਿੱਧੇ ਹੀ 82 ਅਤੇ 83 ਉਡਾ ਦਿੱਤਾ, ਬਹੁਤ ਮਾੜੀ ਗੱਲ ਆ ਵੀ ਤੁਹਾਡੀ KFC ਵਾਲਿਓ। ਦੱਸ ਦਈਏ KFC ਦੇ ਵਿੱਚ ਇਟਲੀ ਦੇ ਵਿੱਚ ਤੁਹਾਨੂੰ ਮਤਲਬ ਕਿ ਸਿਲੈਕਟ ਕਰਨਾ ਪੈਂਦਾ ਆ ਕਿ ਤੁਸੀਂ ਕੀ ਪੀਣਾ ਆ, 7-Up ਜਿਹੜਾ ਆਪਾਂ 7-Up ਕਰ ਦਿੱਤਾ। ਆ ਦੇਖੋ ਜਿੰਨੀ ਵਾਰੀ ਦੱਬੂਗੇ ਉਨੀ ਵਾਰੀ ਮਤਲਬ ਕਿ ਆਈ ਜਾਣਾ, ਫ੍ਰੀ ਦੇ ਵਿੱਚ ਜਿੰਨਾ ਮਰਜ਼ੀ ਪੀਓ, ਗ੍ਰਾਟਿਸ ਪੈਪਸੀ ਆ, ਫੈਂਟਾ ਆ ਅਤੇ ਲਿਪਟਨ ਆ। ਤਾਂ ਕਰਕੇ ਆਪਾਂ ਇੱਕੋ ਹੀ ਕੱਪ ਲਿਆ, ਅਤੇ ਆਹ ਸਾਡਾ ਮੈਨੂ 2 ਵੈਜੀ ਨਾਲ ਫਰੈਂਚ ਫ੍ਰਾਈਸ। ਕਿੰਨੀਆਂ ਚੱਕੀਆਂ ਅਗਲਿਆਂ ਨੇ, ਪੇਂਟਿੰਗ ਬਣਾ ਰਿਹਾ ਬੰਦਾ 10 €, ਬੰਦੇ ਪੈਸੇ ਰੱਖ ਰਹੇ ਆ, ਮੇਰਾ ਵੀ ਕਲਾਕਾਰੀ। ਰੰਗ ਰੱਖੇ ਸਾਰੇ ਬੰਦੇ ਨੇ ਆਪ ਬਣਾਏ ਆ। ਕਿੰਨੀ ਵਧੀਆ ਸੋਹਣੀ ਜਗ੍ਹਾ,
ਸਟਾਰਬਕਸ ਆ ਦੇਖੋ ਆਪਾਂ ਮੇਨ ਜਿੱਥੇ ਕੌਫੀ ਬਣਦੀ ਉੱਥੇ ਆਏ ਹਾਂ ਜਿੱਥੇ ਸਟਾਰਬਕਸ ਦੇਖੋ ਮਸ਼ੀਨ ਚੱਲਦੀ ਵੀ ਆ ਸੋਹਣਾ ਕੌਫੀ ਔਨਲਾਈਨ ਮਤਲਬ ਸਿੱਧਾ ਔਨਲਾਈਨ ਕਹਿਤਾ ਸਿੱਧਾ ਡਾਇਰੈਕਟ ਬਣਦੀ ਵੀ ਕੌਫੀ ਕੰਟੇਨਰ ਲੱਗੇ ਵੱਡੇ ਵੱਡੇ ਨਿਊ ਸੀਜ਼ਨਲ ਕੌਫੀ ਸਟਾਰਬਕਸ ਵਾਲਿਆਂ ਦੀ ਔਰ ਇੱਕ ਉੱਪਰ ਜਾਣ ਡੀ ਆ ਆਹ ਦੇਖੋ ਵੰਡਰ ਰੱਖੇ ਹੋਏ ਕੌਫੀਆਂ ਦੇ ਉਹਨਾਂ ਨੇ ਪੁਰਾਣੇ ਟਾਈਮ ਵਾਲੇ ਲੋਕ ਇੰਜੋਏ ਕਰ ਰਹੇ ਆ ਖਾ ਪੀ ਰਹੇ ਆ ਸਿੱਧੇ ਤੁਹਾਡੇ ਸਾਹਮਣੇ ਡਾਇਰੈਕਟ ਬਣਾ ਰਹੇ ਆ ਕੌਫੀ ਸਾਰੀ ਮਸ਼ੀਨਾਂ ਆ ਬਹੁਤ ਵੱਡਾ ਬਣਾਇਆ ਵੀ ਸਟਾਰਬਕਸ ਵਾਲਿਆਂ ਕਿੰਨਾ ਰਸ਼ ਲੱਗਾ ਆ ਇੱਥੇ ਅਤੇ ਪੈਪਾਂ ਰਾਹੀਂ ਸਾਰਾ ਕੌਫੀ ਸਿਸਟਮ ਬਣਿਆ ਆ ਸਾਰੇ ਪੈਪ ਇਹਦੇ ਅੰਦਰ ਜਾ ਰਹੇ ਆ ਜਿਹੜੀ ਮਰਜ਼ੀ ਕੌਫੀ ਨਾਲ ਲੈਣ ਦੇਖੋ ਕਿੰਨੀ ਵੱਡੀ ਲੱਗੀ ਆ ਨਾਲ ਕੌਫੀ ਦੇ ਵਿੱਚ ਜੋ ਮਰਜ਼ੀ ਖਾਓ ਪੀਓ ਬਰਿਓਸ਼ ਵਗੈਰਾ ਜੋ ਮਰਜ਼ੀ ਦੇਖੋ ਬੰਦਾ ਕਿੰਨਾ ਇੱਥੇ ਅਰੇ ਅੰਦਰ ਹੀ ਦੇਖੋ ਕਿੰਨਾ ਬੰਦਾ ਆ ਉਹ ਜਿੱਦਾਂ ਨਾ ਫਲਾਈਟ ਨਹੀਂ ਚੱਲਦੀ ਹੁੰਦੀ ਫਲਾਈਟ ਦਾ ਨੰਬਰ ਨਹੀਂ ਬਦਲਦੇ ਹੁੰਦੇ ਸਿੰਗਲ ਔਰਗਨ ਫਰੋਮ ਨੌਰਥ ਸਮਾਤਰਾ ਕੁਛ ਹੈਗਾ ਚੱਕਰ ਆਪਾਂ ਨੂੰ ਨਹੀਂ ਪਤਾ ਮੱਗ ਮੁੱਗ ਵੀ ਲੱਗੇ ਆ ਜੋ ਮਰਜ਼ੀ ਖਰੀਦੋ ਇੱਥੇ ਟੀ ਸ਼ਰਟਾਂ ਵਗੈਰਾ ਵੀ ਲੱਗੀਆਂ ਆ ਬੰਦੇ ਬਹੁਤ ਆ ਇੱਥੇ ਦੇਖੋ 1 ਮਿਲੀਅਨ ਦੇ ਜਿਹੜੇ ਪਰਫਿਊਮ ਆ ਸੜਕ 'ਤੇ ਦੇਖੋ ਜਿਹੜਾ ਮਰਜ਼ੀ ਟੈਸਟਰ ਲੱਗੇ ਦੇਖੋ ਮਿਲਾਨ ਦੇ ਸੈਂਟਰ ਦੇ ਵਿੱਚ ਲੋਕ ਸਾਰੇ ਚੈੱਕ ਕਰਾਉਣ ਡੇ ਬਈ ਬਹੁਤ ਅੱਤ ਪਰਫਿਊਮ ਆ ਬਾਕੀ ਗੱਲਾਂ ਦੀ ਗੱਲਾਂ ਅੱਤ ਕਰਾਤੀ ਵੀ down you must be crazy if you think that I'm gonna slow down I wanna hear it talking shit from the drama come on I'm gonna send you to your mama just with the gun down drop bodies in the place till the sun down can't fuck with this I'm going to try this way when the bullets fly I'm the last one to die drop bodies
Allora, se vi sta piacendo tutti insieme, regalateci un fortissimo applauso. No, almeno un applauso. Ciao, come ti chiami? What's your name? Beautiful girl. Ciao, come ti chiami? Da dove arrivi? Tele Perù, un applauso! Dove sta la gente peruana? Sono tu. Quale, chico? Ti ha ronde, oh. Dall'Egitto, Faria, una Faria? Per saltare non uno, non due, non tre, ma ben quattro persone. Atterrare lì sano e salvo. Ma sapete che cosa succederà subito dopo il salto? Un numero di magia. La maggior parte di voi scomparirà subito. Sapete perché? Perché? Perché vi stiamo. Perché? I soldi! ਲੋ ਜੀ ਪੰਗਾ ਪੈ ਗਿਆ ਕਹਿੰਦਾ ਵੀ ਜੇ 10 ਬੰਦੇ 10-10 ਯੂਰੋ ਦੇਣਗੇ ਫਿਰ ਆਪਾਂ ਟੱਪਾਂਗੇ ਕਿੰਨੇ ਬੰਦਿਆਂ ਨੂੰ ਦੇਖੋ ਚਾਰ ਜਾਣਿਆਂ ਨੂੰ ਇੱਕ ਨੂੰ ਟੱਪ ਗਿਆ ਆ ਪਰ ਉਹ ਚਾਰ ਬੰਦਿਆਂ ਟੱਪਣ ਵਾਸਤੇ ਕਹਿੰਦਾ 10 ਬੰਦੇ ਘੱਟੋ ਘੱਟ 10 ਯੂਰੋ ਦੇਣਗੇ ਫਿਰ ਟੱਪਣਗੇ ਅਤੇ ਤੁਹਾਨੂੰ ਮੈਨੂੰ ਲੱਗਦਾ ਨਹੀਂ ਵੀ 10 ਯੂਰੋ ਕੋਈ ਦਊਗਾ ਅਤੇ ਉਹ ਮੈਨੂੰ ਤਾਂ ਕੈਮ ਹੀ ਲੱਗਦਾ ਆ ਬਾਕੀ ਦੇਖਦੇ ਹਾਂ ਵੀ ਇੱਕ ਦੋ ਬੰਦਿਆਂ ਨੇ ਖੜੇ ਦੇ ਦਿੱਤਾ ਆ ਪਤਾ ਨਹੀਂ ਮੈਂ ਵੀਡੀਓ ਬਣਾਉਣ 'ਚ ਬਿਜ਼ੀ ਸੀਗਾ ਅਤੇ ਆਹ ਦੇਖੋ ਅਤੇ ਦੇਖਦੇ ਹਾਂ ਵੀ ਕਰਦੇ ਆ ਕਿ ਨਹੀਂ ਦੇਖਦੇ ਹਾਂ ਵੀ ਗੋਰੇ ਦੌੜਨਾ ਸ਼ੁਰੂ ਹੋ ਗਏ ਆ ਕਿਉਂਕਿ ਉਹ 100 ਯੂਰੋ ਨਹੀਂ ਹੋਇਆ ਅਤੇ ਉਹਨਾਂ ਨੇ ਮਨਾ ਕਰ ਦਿੱਤਾ ਵੀ ਨਹੀਂ ਅਸੀਂ ਨਹੀਂ ਦੌੜ ਸਕਦੇ ਅਸੀਂ ਨਹੀਂ ਟੱਪ ਸਕਦੇ ਚਲੋ ਤਾਂ ਵੀਡੀਓ ਆਪਣੀ ਬਣ ਜਾਣੀ ਚਲੋ ਠੀਕ ਹੈ ਜੀ ਦਿਖਾਉਂਦੇ ਤੁਹਾਨੂੰ ਹੋਰ ਕੁਛ ਜੇ ਵਧੀਆ ਦੇਖਣ ਨੂੰ ਮਿਲਦਾ ਨਾਲ ਪਿੱਛੇ ਦੇਖੋ ਰਸ਼ ਸਾਡੇ ਫਲਾਣ